ਪਟਿਆਲਾ ਦੀ ਜਿਹੜੀ ਬਰਸੀ ਆ ਉਹਦੇ ਬਾਰੇ? ਦੇਖੋ, ਅੱਜ 2 ਸਾਲ ਹੋ ਗਏ ਜਿੱਥੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਅਤੇ ਉਹਨਾਂ ਦੇ ਪਿਤਾ ਜੀ ਮਾਤਾ ਜੀ ਉਹਨਾਂ ਨੂੰ ਪਰਮਾਤਮਾ ਸਿਹਤ ਬਖਸ਼ੇ, ਤੰਦਰੁਸਤੀ ਬਖਸ਼ੇ, ਕਿਉਂਕਿ ਬੜਾ ਵੱਡਾ ਸੰਘਰਸ਼ ਆ ਜਿਹੜਾ ਉਹ ਕਰ ਰਹੇ ਆ। ਕਿਤੇ ਪਾਸੇ ਵੀ ਹਜੇ ਕੇਸ ਆ ਸਿੱਧੂ ਦਾ, 2 ਸਾਲ ਹੋ ਗਏ ਸਰਕਾਰਾਂ ਨੇ ਕਿਸੇ ਪਾਸੇ ਨਹੀਂ ਲਾਇਆ ਅਤੇ ਜਲਦੀ ਤੋਂ ਜਲਦੀ ਉਹ ਕੇਸ ਆ ਜਿਹੜਾ 3 ਸਾਲ ਪੂਰੇ ਹੋਣ ਤੋਂ ਪਹਿਲਾਂ ਸਿੱਧੂ ਨੂੰ ਜਸਟਿਸ ਮਿਲ ਸਕੇ, ਉਹਨੂੰ ਇਨਸਾਫ ਮਿਲ ਸਕੇ। ਸਭ ਤੋਂ ਵੱਡੀ ਗੱਲ ਤਾਂ ਇਹ ਆ, ਜੋ ਮਾਂ ਬਾਪ ਤੜਫਦੇ ਫਿਰਦੇ ਆ ਦਰ ਦਰ 'ਤੇ, ਉਹ ਉਹਨਾਂ ਨੂੰ ਉਹਦੀ ਆਤਮਾ ਵੀ ਸਕੂਨ ਮਿਲ ਸਕੇ ਅਤੇ ਮਾਂ ਬਾਪ ਨੂੰ ਵੀ ਚੈਨ ਮਿਲ ਸਕੇ ਵੀ ਜਿਹੜੇ ਸਾਡੇ ਕਾਤਲ ਨੇ ਬੇਟੇ ਦੇ ਉਹਨੂੰ ਸਜ਼ਾ ਮਿਲ ਜਾਵੇ। ਜੀ, ਲਗਾਤਾਰ ਦੇਖਦੇ ਪਏ ਕਿ ਅੱਜ ਰਾਹੁਲ ਗਾਂਧੀ ਰੈਲੀ ਕੱਢ ਰਹੇ ਨੇ, ਤੁਹਾਨੂੰ ਲੱਗ ਰਿਹਾ ਕਿ ਰੈਲੀ, ਕਿਉਂਕਿ ਲੋਕਾਂ ਨੇ ਅਸੀਂ ਦੇਖਿਆ ਕਿ ਉੱਥੇ ਕੁਰਸੀਆਂ ਜਿਹੜੀਆਂ ਖਾਲੀ ਸੀਗੀਆਂ? ਨਹੀਂ ਨਹੀਂ, ਰੈਲੀ ਤਾਂ ਪਹਿਲਾਂ ਹੀ ਸ਼ਹਿਰ ਤੋਂ ਬਾਹਰ ਨਿਕਲ ਕੇ ਕਰਦੇ ਆ। ਇਹ ਸ਼ਹਿਰ ਦੇ ਵਿੱਚ ਹਿੰਮਤ ਹੀ ਨਹੀਂ ਗੀ ਵੀ ਰਾਹੁਲ ਗਾਂਧੀ ਦੀ ਰੈਲੀ ਕਰ ਸਕਣ, ਉਹ ਬਾਹਰ ਕਿਤੇ ਰੈਲੀ ਕਿਤੇ ਰੱਖੀ ਹੋਈ ਆ, ਉੱਥੇ ਲੋਕ ਕਿੱਥੋਂ ਪਹੁੰਚਣੇ ਆ? ਅਤੇ ਜੇ ਜਿੰਨੇ ਕੁ ਪਹੁੰਚਣਗੇ ਉਹ ਉੰਨੇ ਕੁ ਤਾਂ ਜਿਹੜੇ ਗਲਤ ਫਹਿਮੀ ਨਾਲ ਹੀ ਕਈ ਵਾਰ ਮਜ਼ਾਕ ਹੀ ਆ ਸੁਣਨ ਚਲੇ ਜਾਂਦਾ ਵੀ ਰਾਹੁਲ ਗਾਂਧੀ ਐਸੀ ਗੱਲ ਕਰਨਗੇ ਜਿਹਦੇ ਨਾਲ ਸਾਡਾ ਵੀ ਟਾਈਮ ਪਾਸ ਹੋ ਜੂ, ਸਾਨੂੰ ਵੀ ਹੱਸਣ ਦਾ ਮੌਕਾ ਮਿਲ ਜੂ, ਕਿਉਂਕਿ ਰਾਹੁਲ ਗਾਂਧੀ ਜੀ ਇਸ ਵੇਲੇ ਇੰਟਰਟੇਨਮੈਂਟ ਜਿਵੇਂ ਕਪਿਲ ਸ਼ੋਅ ਆ ਨਾ, ਉਸ ਤਰੀਕੇ ਦਾ ਇੰਟਰਟੇਨਮੈਂਟ ਸ਼ੋਅ ਆ, ਉਹ ਲੋਕ ਉਸ ਉਹਨਾਂ ਜਿਹੜਾ ਸੁਣਨਾ ਵਿਦਾਊਟ ਟਿਕਟ ਫਰੀ, ਉਹ ਹਾਸਾ ਮਜ਼ਾਕ ਸੁਣੇ ਆਉਣਗੇ, ਇੰਨੀ ਉਹ ਗੱਲ ਆ। ਬਿਲਕੁਲ, ਚੰਨੀ ਨੇ ਇੱਕ ਚੈਲੰਜ ਕੀਤਾ ਹੈ ਕਿ ਭਾਜਪਾ ਨੂੰ ਕਿ ਜਿਹੜਾ ਬਗਲਾ ਮੁਖੀ ਜੀ ਦਾ ਮੇਰੇ ਨਾਲ ਚੱਲਣ, ਉੱਥੇ ਮਹਾਂਮੰਤਰ ਜਿਹੜਾ ਉਹਨਾਂ ਦਾ ਬੋਲ ਕੇ ਦਿਖਾ ਦੇਣ। ਕੌਣ? ਕੋਈ ਵੀ ਭਾਜਪਾ ਦੇ, ਕੋਈ ਵੀ ਜਿਹੜੇ ਰਾਮ ਦੀ ਗੱਲ ਕਰਦੇ ਨੇ। ਚੰਨੀ ਜੀ ਨੇ ਕਦੇ ਕੋਈ ਸਿੱਧੀ ਗੱਲ ਕੀਤੀ ਹੈ? ਕਦੇ ਕੋਈ ਸਿੱਧੀ ਗੱਲ ਕੀਤੀ ਹੈ? ਹਰੇਕ ਜਗ੍ਹਾ ਤੁਸੀਂ ਕਿਉਂ ਇਹੋ ਜਿਹੀਆਂ ਗੱਲਾਂ ਕਰਦੇ ਹੋ? ਹਰੇਕ ਜਗ੍ਹਾ ਆਪਣੇ ਆਪ ਨੂੰ ਹੀ ਤੁਸੀਂ ਕਹਿੰਦੇ ਹੋ ਮੇਰੇ ਨਾਲ ਕਰ ਲਓ, ਮੇਰੇ ਨਾਲ ਕਰ ਲਓ, ਹਰ ਚੀਜ਼ ਤੁਸੀਂ ਐਂ ਪਹਿਲਾਂ ਕਹਿੰਦੇ। ਇਹ ਤਾਂ ਭਗਵਾਨ ਦਾ ਮਤ, ਇਹ ਤਾਂ ਸ਼ਰਧਾ ਦੀ ਗੱਲ ਹੈ ਇੱਕ, ਅਤੇ ਇਸ ਕਰਕੇ ਇਸ ਸ਼ਰਧਾ ਨੂੰ ਵੀ ਤੁਸੀਂ ਚੈਲੇਂਜ ਕਰਦੇ ਹੋ ਯਾਰ, ਕੀ ਤੁਸੀਂ ਕੀ ਕਰਨਾ ਕੀ ਚਾਹੁੰਦੇ ਹੋ ਤੁਸੀਂ ਇਸ ਪੰਜਾਬ 'ਚ? ਮੁੱਖ ਮੰਤਰੀ ਰਹਿ ਕੇ ਤੁਸੀਂ ਇੱਕ ਚੈਲੇਂਜ ਕਰਦੇ ਹੋ ਭਗਵਾਨ ਦੇ ਮਾਤਾ ਦੇ ਨਾਂ 'ਤੇ। ਦੂਜੇ ਪਾਸੇ ਮੈਂ ਇੱਕ ਵੱਡੀ ਗੱਲ ਕਹਿਣਾ ਚਾਹੁੰਦਾ, ਜੋ ਵੜਿੰਗ ਨੇ ਅੱਜ, ਜੋ ਮੈਂ ਕਹਿੰਦਾ ਜੋ ਲਹੂ ਲਹਾਨ ਕਰਤੀ ਕਾਂਗਰਸ, ਪਹਿਲਾਂ ਸਭ ਤੋਂ ਚੀਮਾ ਸਾਹਿਬ ਜਿਹੜੇ ਕਾਂਗਰਸ ਪਾਰਟੀ 'ਚ ਉਹਨਾਂ ਦਾ ਹਲਕਾ ਅਤੇ ਹੋਰ ਕਾਂਗਰਸੀਆਂ ਦਾ, ਪਹਿਲਾਂ ਉਹਨਾਂ ਨੂੰ ਬੈਂਸਾਂ ਨੂੰ ਜੁਆਇਨ ਕਰਾ ਕੇ ਖਤਮ ਕੀਤਾ, ਅੱਜ ਬੈਂਸਾਂ ਦੇ ਉੱਤੇ 'ਚ ਤਾਜਪੁਰੀ ਨੂੰ ਜੁਆਇਨ ਕਰਾ ਕੇ ਅੱਜ ਬੈਂਸ ਖਤਮ ਕਰਤੇ। ਇਸ ਤਰੀਕੇ ਨਾਲ ਇਹ ਕੰਮ ਹੋ ਰਿਹਾ, ਇਹ ਸਮਝ ਤੋਂ ਬਾਹਰ ਆ ਵੀ ਇਹ ਹੋ ਕੀ ਰਿਹਾ ਹੈ। ਪਹਿਲਾਂ ਚੀਮਾ ਹੋਣੀ, ਆਸ਼ੂ ਹੋਣੀ, ਡਾਵਰ ਸਾਹਿਬ, ਪਾਂਡੇ ਸਾਹਿਬ, ਸਭ ਨੂੰ ਉਹਨਾਂ ਦੇ ਉੱਤੇ ਲੋਕ ਲਾ ਤੇ, ਉਦੋਂ ਬਾਅਦ ਬੈਂਸ ਲਾ ਤੇ ਉਹਨਾਂ ਦੇ ਉੱਤੇ, ਹੁਣ ਬੈਂਸਾਂ ਦੇ ਉੱਤੇ ਤਾਜਪੁਰੀ ਲਾ ਤਾ। ਇਹ ਹਾਲਾਤ ਦੇਖੋ ਕਾਂਗਰਸ ਪਾਰਟੀ ਕਰ ਕੀ ਰਹੀ ਆ। ਇਸ ਤਰੀਕੇ ਨਾਲ ਹਰੇਕ ਨੂੰ 2 ਦਿਨ ਵਰਤ ਕੇ ਉਹਨੂੰ ਲਬੇੜ ਕੇ ਉਹਨੂੰ ਪਰੇ ਸਿੱਟ ਕੇ ਹੋਰ ਲਿਬੜਨ ਨੂੰ ਤਿਆਰ ਹੁੰਦਾ। ਇਸ ਕਰਕੇ ਐਸਾ ਹਾਲ ਕਦੇ ਦੇਖਿਆ ਨਹੀਂ ਸੀ ਜੋ ਇਸ ਵਾਰ ਕਾਂਗਰਸ ਪਾਰਟੀ ਲੁਧਿਆਣੇ ਦੀ ਕਾਂਗਰਸ ਨਾਲ ਕਰ ਰਹੀ ਹੈ ਜੀ। ਬਿਲਕੁਲ, ਹੁਣ ਪਿਊਸ਼ ਗੋਇਲ ਜੀ ਵੀ ਆ ਰਹੇ ਨੇ ਔਰ ਸੀਤਾਰਮਨ ਜੀ ਨੇ ਕੱਲ੍ਹ ਇੰਡਸਟਰੀ ਨੂੰ ਸੰਬੋਧਿਤ ਵੀ ਕੀਤਾ ਔਰ ਕਈ ਤਰ੍ਹਾਂ ਦੇ ਉਹਨਾਂ ਨੇ ਵਾਅਦੇ ਵੀ ਕੀਤੇ ਨੇ ਇੰਡਸਟਰੀ ਦੇ ਨਾਲ। ਅੱਜ ਵੀ ਇੰਡਸਟਰੀ ਤੁਹਾਡੇ ਨਾਲ ਮੌਜੂਦ ਖੜੀ ਹੈ। ਤੁਹਾਨੂੰ ਇੰਨਾ ਕਹਿਣਾ, ਮੈਂ ਵਚਨ ਦਿੱਤਾ ਸੀ ਇਹ ਜੋ 60 ਸਾਲ ਦਾ ਘਾਟਾ 1 ਸਾਲ 'ਚ ਪੂਰਾ ਕਰਨਾ। ਅਤੇ ਪੰਜਾਬ ਸਰਕਾਰ ਦੀ ਗੱਲ ਤਾਂ ਛੱਡੋ, ਸੈਂਟਰ ਸਰਕਾਰ ਆ ਜਿਹੜੀ ਉਹ 4 ਤਰੀਕ ਤੋਂ ਬਾਅਦ, ਜਿਵੇਂ ਹੁਣ ਆ ਰਹੇ ਆ ਨਾ ਭਰੋਸਾ ਦੁਬਾਰੇ, 4 ਤਰੀਕ ਤੋਂ ਬਾਅਦ ਸੈਂਟਰ ਸਰਕਾਰ ਲੁਧਿਆਣੇ ਤੋਂ ਚੱਲੇਗੀ। ਇੰਨਾ ਮੈਂ ਤੁਹਾਨੂੰ ਦੱਸ ਦਿੰਦਾ, ਹਰ ਮੰਤਰੀ ਉਰੇ ਆ ਕੇ ਆਪਣਾ ਮਹਿਕਮਾ ਉਰਿਓਂ ਚਲਾਇਆ ਕਰੂ, ਇਹ ਤੁਹਾਨੂੰ ਮੈਂ ਵਚਨ ਦਿੰਦਾ। ਅਤੇ ਇਹ ਗੱਲ ਹਰੇਕ ਮੰਤਰੀ ਉਰੇ ਕਮਿਟਮੈਂਟ ਕਰਕੇ ਜਾ ਰਿਹਾ ਪਹਿਲਾਂ ਵੀ ਅਸੀਂ ਆਹ ਚੀਜ਼ਾਂ ਜਿਹੜੀਆਂ ਲੁਧਿਆਣੇ ਅਤੇ ਪੰਜਾਬ ਇੰਡਸਟਰੀ ਦੀਆਂ ਕਰਾਂਗੇ। ਭਰੋਸਾ ਹੋ ਨਹੀਂ ਸਕਦਾ
ਅੱਗ ਲੱਗੀ ਪਈ ਆ, ਨਸ਼ਾ, ਚੋਰ, ਡਾਕੂ, ਗੈਂਗਸਟਰ, ਕੀ ਹਾਲ ਆ ਆਪਣੇ ਪਿੰਡ, ਜਾਂ ਪੋਲਿਊਸ਼ਨ 'ਚ ਸਾਹ ਲੈਂਦੇ ਜਾਂ ਟ੍ਰੈਫਿਕ 'ਚ ਲੈਂਦੇ। ਇਸ ਕਰਕੇ ਮੇਰੇ ਵਰਗਾ ਜਿਹੜਾ ਬੰਦਾ ਹੈ, ਸਭ ਤੋਂ ਮੁੱਢਲੀ ਸੀਟ 'ਚ ਉਹਨੂੰ ਕਾਂਗਰਸ ਜਗ੍ਹਾ ਮਿਲ ਗਈ ਸੀ, ਤਾਂ ਉੱਥੇ ਰਹਿ ਕੇ ਕਰੀਏ, ਜੇ ਇਸ ਦਾ ਕੁਛ ਕਰ ਹੀ ਨਹੀਂ ਸਕਦੇ ਓਪੋਜੀਸ਼ਨ 'ਚ, ਤਾਂ ਫਿਰ ਕਰਨਾ ਕੀ ਹੁੰਦਾ। ਇਸ ਕਰਕੇ ਇਸ ਵਾਰ ਮੈਂ ਤਾਂ ਇਹ ਵੱਡਾ ਫੈਸਲਾ ਲਿਆ ਹੈ, ਉਹਦੇ ਵਿੱਚ ਸਭ ਤੋਂ ਪਹਿਲਾਂ ਹੀ ਦੋ ਮਹੀਨੇ ਹੋ ਗਏ ਮੈਨੂੰ ਕਹਿੰਦੇ ਨੇ ਵੀ ਗੌਰਮੈਂਟ ਜਿੱਥੇ ਮੋਦੀ ਜੀ ਹੈ ਉੱਥੇ ਜਾ ਕੇ ਏਮਸ ਹੋ ਜਾਂਦਾ, ਉੱਥੇ ਮੈਟਰੋ ਚੱਲ ਜਾਂਦੀ ਹੈ, ਮੈਡੀਕਲ ਕਾਲਜ ਹੋ ਜਾਂਦੇ। ਜਿਹੜੀ ਤਾਂ ਪਹਿਲੀ ਗੱਲ ਹੀ ਇਹ ਆ ਕਿ ਸਭ ਤੋਂ ਪਹਿਲਾਂ ਇਹ ਪਹਿਲਾਂ ਵੀ ਸੀ, ਪਹਿਲਾਂ ਕਰ ਨਹੀਂ ਪਾਏ, ਜਦੋਂ ਹੁਣ ਸਰਕਾਰ ਜਾਵਾਂਗੇ ਕਿਉਂ ਨਹੀਂ ਹੋਊਗਾ। ਬਾਕੀ ਸ਼ਹਿਰਾਂ ਜਦੋਂ ਬਣੇ, ਲੁਧਿਆਣਾ ਦਾ ਸਭ ਤੋਂ ਵੱਡਾ ਸ਼ਹਿਰ, ਅਤੇ ਇੱਥੇ ਏਮਸ ਹੀ ਬਣੇਗਾ, ਮੈਡੀਕਲ ਕਾਲਜ ਬਣੇਗਾ, ਮੈਟਰੋ ਵੀ ਬਣੇਗਾ। ਨਹੀਂ ਠੀਕ ਹੈ, ਤੁਸੀਂ ਠੀਕ ਹੋ ਬੇਟੋ ਜੀ, ਇੱਕ ਮਿੰਟ ਸਾਹਮਣੇ ਬਟ ਭਾਈ ਸਾਹਮਣੇ ਦੇਖੋ ਇੱਕ ਵਾਰ ਜੀ, ਠੀਕ ਹੈ ਸਰ, ਕਰਦੇ ਬੇਟਾ। ਹਾਂਜੀ ਹਾਂਜੀ ਹਾਂਜੀ, ਕਰਤੀ ਮੰਗਵਾ ਦਿਓ, ਡਨ ਭਾਜੀ, ਡਨ ਸਰ। ਠੀਕ ਹਰਮਨ ਪਿਆਰੇ ਔਰ ਸਾਰਿਆਂ ਦੀ ਪਸੰਦ ਆਉਣ ਵਾਲੇ ਐਮ ਪੀ ਦੇ ਉਮੀਦਵਾਰ, ਔਰ ਮੈਂ ਕਹਿੰਦਾ ਜਿੱਤੇ ਹੋਏ ਉਮੀਦਵਾਰ ਹੀ ਕਹਾਂਗਾ ਜੀ ਤੁਹਾਡੇ ਤੋਂ ਹੀ। ਅੱਜ ਇਹਨਾਂ ਦਾ ਬਹੁਤ ਸਵਾਗਤ ਜੀ, ਧੰਨਵਾਦ। ਕੁਛ ਟਾਈਮ ਕੱਢੇ ਹੈ ਔਰ ਕੁਛ ਗਰਮੀ ਕਰਕੇ ਲੋਕ ਕਾਫੀ ਲੋਕ ਟਾਈਮ ਸੀਗੇ, ਲੇਟ ਹੀ ਇੰਨਾ ਹੋ ਗਿਆ। ਹਾਂਜੀ, ਮੈਂ ਵੀ ਸਮਝ, ਜਿਹੜੀ ਸਾਡੀ ਆਵਾਜ਼ ਉੱਤੇ ਉਠਾਈ, ਪੰਜਾਬ ਰਿਚੈਸਟ ਸਟੇਟ ਦੇ ਵਿੱਚ ਕਹਿਲਾਉਂਦੀ ਸੀ, ਕੁਛ ਵਰ੍ਹਿਆਂ ਤੋਂ ਦੇਖ ਰਹੇ ਹਾਂ ਡਿਕਲਾਈਨ ਕਰਦੀ ਕਰਦੀ ਕਾਫੀ ਨੀਚੇ ਉਤਰ ਗਈ ਹੈ। ਬਿਲਕੁਲ ਜੀ, ਅਸੀਂ ਇਹੀ ਗੁਜ਼ਾਰਿਸ਼ ਕਰਾਂਗੇ ਵੀ ਤੁਸੀਂ ਸੈਂਟਰ ਦੀ ਗੌਰਮੈਂਟ ਨਾਲ ਰਲ ਕੇ, ਕਿਉਂਕਿ ਸਾਨੂੰ ਪਤਾ ਹੈ ਮੋਦੀ ਸਾਹਿਬ ਦੀ ਸਰਕਾਰ ਨਹੀਂ ਆ। ਸਰ, ਲਗਾਤਾਰ ਦੇਖ ਰਹੇ ਹਾਂ ਕਿ ਅੱਜ ਰਵਨੀਤ ਬਿੱਟੂ ਵੱਲੋਂ ਤੁਹਾਡੀ ਚੁਣਾਵੀ ਜਨ ਸਭਾ ਨੂੰ ਸੰਬੋਧਨ ਕੀਤਾ, ਲੇਕਿਨ ਅੱਜ ਇੰਡਸਟਰੀ ਦੀ ਕੀ ਮੰਗ ਤੁਸੀਂ ਆਪਣੀ ਉਹਨਾਂ ਦੇ ਸਮਕਸ਼ ਰੱਖੀ ਹੈ? ਸਤਿ ਸ਼੍ਰੀ ਅਕਾਲ ਜੀ। ਸਰ, ਇੰਡਸਟਰੀ, ਮੈਂ ਯੂਨਾਈਟਿਡ ਸਾਈਕਲ ਪਾਰਟਸ ਮੈਨੂਫੈਕਚਰਿੰਗ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹਰਸਿਮਰਜੀਤ ਸਿੰਘ। ਸਾਡੀ ਸੰਸਥਾ ਏਸ਼ੀਆ ਦੀ ਲਾਰਜੈਸਟ ਸਿੰਗਲ ਬੋਡੀ ਸੰਸਥਾ, ਔਰ ਜ਼ਿਆਦਾ ਮਾਈਕਰੋ ਅਤੇ ਸਮਾਲ ਸਕੇਲ ਇੰਡਸਟਰੀ ਦੇ ਹੀ ਮੈਂਬਰਸ ਨੇ ਸਾਡੇ 'ਚ। ਸਾਡੀਆਂ ਮੁਸ਼ਕਲਾਤਾਂ ਦਿੱਕਤਾਵਾਂ ਬਹੁਤ ਗੰਭੀਰ ਅਤੇ ਪਰ ਛੋਟੀਆਂ ਛੋਟੀਆਂ ਨੇ। ਅਸੀਂ ਅੱਜ ਬਿੱਟੂ ਜੀ ਨਾਲ ਡਿਸਕਸ ਕੀਤਾ, ਬਿੱਟੂ ਜੀ ਜੇ ਤੁਹਾਨੂੰ ਆਉਣ ਦਾ ਅਵਸਰ ਮਿਲਦਾ, ਔਰ ਅਸੀਂ ਚਾਹੁੰਦੇ ਹਾਂ ਜ਼ਰੂਰ ਸੈਂਟਰ ਦੇ ਵਿੱਚ ਸਟਰੋਂਗ ਗੌਰਮੈਂਟ ਆਏ, ਔਰ ਸਾਡੀ ਸਟੇਟ ਦਾ ਜਿਹੜਾ ਵੀ ਐਮ ਪੀ ਲੁਧਿਆਣੇ 'ਚੋਂ ਬਣ ਕੇ ਜਾਏ ਉਹ ਉਹਨਾਂ ਦਾ ਵੀ ਉਮੀਦਵਾਰ ਹੋਵੇ। ਤਾਂ ਸਾਡੀ ਤੁਸੀਂ ਇਹ ਜਿਹੜੀਆਂ ਮੁਸ਼ਕਲਾਤਾਂ ਨੇ 43 ਵੀ ਐੱਚ, ਜਿਵੇਂ ਕੱਲ੍ਹ ਮੈਡਮ ਸੀਤਾਰਮਨ ਜੀ ਨੇ ਸਾਨੂੰ
ਐਸੋਸੀਏਸ਼ਨ ਤੋਂ ਆਇਆ ਵੀ ਤੁਸੀਂ ਦੁਬਾਰਾ ਸਾਨੂੰ ਆਉਣ ਦਿਓ ਅਤੇ ਅਸੀਂ ਇਹਨੂੰ ਦੁਬਾਰਾ ਰਿਵਾਈਵ ਕਰਾਂਗੇ। ਵੀ ਸਾਨੂੰ ਤਾਂ ਜੋ ਫੀਡਬੈਕ ਮਿਲੀ ਸੀ ਅਸੀਂ ਉਹ ਕੀਤਾ, ਤਾਂ ਉਹਦੇ ਨਾਲ ਕਾਫੀ ਇੰਡਸਟਰੀ ਨੂੰ ਖੁਸ਼ਹਾਲੀ ਆਈ ਹੈ। ਇਸ ਤੋਂ ਇਲਾਵਾ ਸਰ ਸ਼ਹਿਰ ਦੇ ਵਿੱਚ ਸਟੇਡੀਅਮ ਦੀ ਲੋੜ, ਹੋਸਪਿਟਲ ਦੀ ਲੋੜ, ਇਨਫਰਾਸਟ੍ਰਕਚਰ ਦੀ ਲੋੜ, ਔਰ ਸਭ ਤੋਂ ਇੰਪੋਰਟੈਂਟ ਸ਼ਹਿਰ ਦੇ ਵਿੱਚ ਐਗਜੀਬਿਸ਼ਨ ਹਾਲ ਕੋਈ ਨਹੀਂ। ਇਹ ਸਾਰੀਆਂ ਗੱਲਾਂ ਇੰਡਸਟਰੀ ਵੱਲੋਂ ਮੈਂ ਅੱਜ ਆਪਣੇ ਸਾਰੇ ਮੈਂਬਰ ਸਾਹਿਬਾਂ ਵੱਲੋਂ ਬਿੱਟੂ ਜੀ ਨੇ ਡਿਸਕਸ ਕੀਤੀ, ਔਰ ਬਿੱਟੂ ਜੀ ਨੇ ਮੈਨੂੰ ਭਰੋਸਾ ਆਸ਼ਵਾਸਨ 100% ਦਵਾਇਆ ਵੀ ਪ੍ਰਧਾਨ ਜੀ ਲੱਕੀ ਜੀ ਅਸੀਂ ਜਿੱਤਾਂ ਦਿਓ, ਅਸੀਂ ਸੈਂਟਰ ਦੀ ਸਰਕਾਰ ਤੁਹਾਡੇ ਤੋਂ ਚਲਵਾ ਕੇ ਦਿਖਾ ਦਾਂਗੇ। ਇਸ ਤੋਂ ਬਾਅਦ ਸਰ ਕੀ ਲਹਿਰ ਦਾ ਖੁਸ਼ੀ ਦਾ ਵਕਤ ਹੋ ਗਿਆ ਅਤੇ ਵੋਟਾਂ ਕਿੰਨੀਆਂ ਵੱਧ ਤੋਂ ਵੱਧ ਆਪਣੀ ਲੀਡ ਦਵਾਂਗੇ ਇਸ ਏਰੀਏ 'ਚੋਂ? ਸਰ ਦੇਖੋ, ਅਸੀਂ ਤਾਂ ਇਹ ਸਭ ਨੂੰ ਕਹਿੰਦੇ ਹਾਂ ਵੋਟ ਕਾਸਟ ਕਰੋ, ਵੋਟਾਂ ਜ਼ਰੂਰ ਪਾਓ ਔਰ ਸੋਚ ਸਮਝ ਕੇ ਪਾਓ। ਅਸੀਂ ਕਿਸੇ ਵੀ ਪਾਰਟੀ ਲਈ ਇੱਦਾਂ ਅਸੀਂ ਨਹੀਂ ਕਹਿ ਸਕਦੇ, ਅਸੀਂ ਤਾਂ ਇਹ ਕਹਿ ਸਕਦੇ ਹਾਂ ਵੀ ਸੋਚ ਸਮਝ ਕੇ ਵੋਟ ਪਾਓ ਔਰ ਪੰਜਾਬ ਦੀ ਜਿਹੜੀ ਵੋਟ ਹੈ ਉਹਦੀ ਪਰਸੈਂਟੇਜ ਇੰਡੀਆ ਸਭ ਤੋਂ ਵੱਧ।